ਮੇ ਅੱਜ ਚੰਗਾ ਹੋ ਗਿਆ ਪੈ ਗਿਆ ਹੈ ਆ ਜਰਾ ਪੌਦਿਆਂ ਪੂਦਿਆਂ ਵਾਸਤੇ ਪਾਣੀ ਠੀਕ ਹੈ ਗੱਡੀ ਨੂੰ ਤੁਸੀਂ ਬਾਹਰ ਹੀ ਖਿਲਾ ਰਿਆ ਹੋਇਆ ਹੈ ਗੱਡੀ ਹੁਣ ਅੰਦਰ ਕਿਤੇ ਖੜੀ ਕਰਨੀ ਹੁਣ ਤਾਂ ਮੈਂ ਸ਼ਹਿਰੋਂ ਆਇਆ ਮੋਟਰਸਾਈਕਲ ਤੇ ਜਾਂਦਾ ਤੇ ਮੇਰਾ ਹਸ਼ਰ ਨਸ਼ਰ ਹੋ ਜਾਣਾ ਸੀ ਖਿਆਲ ਕਰਿਆ ਕਰੋ ਕਿ ਛੋਟੀ ਬੂਟੀ ਰਕਮ ਦੀ ਸ਼ੈ ਨਹੀਂ ਹੈਗੀ ਇਹਨੂੰ ਗਰਾਜ ਚ ਲਾਓ ਜਾਂਦੇ ਤੇ ਤਰਪਾਲ ਵਗੈਰਾ ਪਾਓ ਸਮਝ ਲੱਗੀ ਨਾ بارش ਪੈ ਰਹੀ ਹੈ ਕੋਈ ਬੱਚਾ ਪੰਗਾ ਲਵੇਗਾ ਫਾਇਦਾ ਉਹ ਵੈਸੇ ਹੀ ਮੈਂ ਗਿਆ ਜਰਾ ਹੁਣ ਜਰਾ ਹਾਲਵੇ ਸੈਟਮੈਂਟ بارش ਪੂਰੇ ਇਸ ਦਾ ਪਾਣੀ ਤੇ ਪੈ ਗਿਆ ਹੁਣ ਤੋਂ ਇਹਨੂੰ ਟਾਕੀ ਮਾਰਨੀ ਹੈ ਅੱਛਾ ਜੀ ਤਾਕੀ ਮਾਰ ਦਿੰਦਾ ਬਾਈ ਬਾਕੀ ਅਗੇ ਬਾਹਰ ਨਾਲ ਖਿਲਾ ਰਿਆ ਕਰੋ ਨਹੀਂ ਨਹੀਂ ਆ ਬਸ ਹੁਣ ਅੰਦਰ ਖਿਲਾ ਦੇਣੀ ਟਾਕੀ ਮਾਰ ਕੇ ਅੰਦਰ ਖਿਲਾ ਰਨਾ ਹੈਲੋ ਹੈਲੋ ਅੱਪਾ ਜਾਨ ਅਸੀਂ ਇਧਰ ਖਲੋਤੇ ਹਾਂ ਅਸਲਾਮੁਅਲੈਕ ਤੈਨੂੰ ਬੰਦੇ ਖਲੋਤੇ ਨਾ ਜਰਾ ਆਂਡੇ ਯਾਰ ਤੂੰ ਮੂੰਹ ਚੱਕ ਕੇ ਬੂਹੇ ਹੜਕਾਤਾ ਨਹੀਂ ਨਹੀਂ ਵੈਸੀ ਮੈਂ ਕਿਆ ਆਪਣਾ ਘਰ ਹਾਂਜੀ ਆਪਣਾ ਹੀ ਹੈ ਹਾਂਜੀ ਮੈਨੂੰ ਹੋਰ ਕੋ ਬੂਹੇ ਦੇ ਸਾਹਮਣੇ ਖਲੋਣ ਦਿੰਦਾ ਅੱਛਾ ਨਹੀਂ ਉਹ ਮੈਂ ਨਾ ਜੀ ਉਹ ਜਿਹੜੀ ਇਧਰੋਂ ਪਰਲੀ ਗਲੀ ਚ ਰਹਿਣਾ ਅੱਛਾ ਤੇ ਉਹ ਮੈਂ ਤੁਹਾਡੇ ਕੋ ਆਇਆ ਸੀਗਾ ਉਹ ਮੈਨੂੰ ਉੱਥੇ ਕਿਸੇ ਉਹ ਸਬਜ਼ੀ ਵਾਲਾ ਨਹੀਂ ਜਿਹੜਾ ਹਾਂ ਉਹਨੇ ਦੱਸਿਆ ਕਹਿੰਦੇ ਜੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਇੱਥੇ ਕੋਈ ਬੰਦੇ ਜਿਹੜੇ ਜਿਹੜੇ ਮਤਲਬ ਚੀਜ਼ਾਂ ਨੂੰ ਸਮਝਣ ਵਾਲੇ ਟੈਕਨੀਕਲ ਚੀਜ਼ਾਂ ਨੂੰ ਹਾਂ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੀ ਕਿ ਉਹ ਇੱਥੇ ਦੋ ਜਿਹੜੇ ਭਰਾ ਨੇ ਨਾ ਹਾਂਜੀ ਸਾਇੰਸਦਾਨ ਰਹਿੰਦੇ ਤੇ ਮੈਂ ਕਿਹਾ ਜੀ ਆਪਾਂ ਮਿਲ ਲੈਨੇ ਉਹਨਾਂ ਨੂੰ ਸਾਇੰਸਦਾਂ ਸਾਇੰਸਦਾਨ ਹੀ ਜਿਹੜੇ ਹੁੰਦੇ ਸਾਇੰਸਦਾਨ ਹਾਂ ਉਹ ਉਹਨੇ ਕਿਹਾ ਜੀ ਕਿ ਜਿਹੜੇ ਇਹ ਚੀਜ਼ਾਂ ਚੂਜ਼ਾਂ ਨਾ ਜາດ ਕਰਦੇ ਹਾਂਜੀ ਹਾਂਜੀ ਉਹ ਮੇ ਤੁਹਾਡਾ ਪਤਾ ਲੱਗਾ ਕਹਿੰਦੇ ਜੀ ਇੱਕ ਦਾ ਨਾ ਦੁਰਮਟ ਆ ਤੁਹਾਡਾ ਨਾ ਦੁਰਮਟ ਆ ਜੀ ਨਹੀਂ ਜੀ ਨਹੀਂ ਆ ਦੁਰਮਟ ਇਹਦਾ ਹੀ ਬਣਦਾ ਸ ਤੁਹਾਡਾ ਨਾ ਮੱਖੀ ਲੱਗਦਾ ਬੈਠੀ ਰਹਿਣੀ ਹੈ ਮਤਲਬ ਉੱਠ ਕੇ ਫਿਰਦੀ ਫਿਰਦੀ ਹੋਵੇ ਤੇ ਜਰਾ ਸੈਟ ਰਹਿਦਾ ਕੰਮ ਅੱਛਾ ਤੇ ਉਹ ਆ ਦੇਖੋ ਨਾ ਜੀ ਮੈਂ ਇੱਥੇ ਕਰ ਰਿਹਾ ਤਜਰਬਾ ਕਾਦਾ ਤੇ ਉਹ ਮੈਨੂੰ ਸੈਂਸ ਦਾ ਨਾ ਅੱਛਾ ਇਹ ਮੈਨੂੰ ਲੱਗਦਾ ਹੋਵੇ ਐਫਐਮ ਸੁਣਨ ਵਾਲਾ ਰੇਡਵਾ ਜਿਹਾ ਹੀ ਹੈ ਨਹੀਂ ਨਹੀਂ ਹਾਂ ਇਹ ਡਿਵਾਈਸ ਆ ਇੱਕ ਤੇ ਇਹ ਆ ਕਿ ਉਹ ਦੇਖੋ ਨਾ ਜਿੱਦਾਂ ਆ ਤੁਸੀਂ ਦੇਖਿਆ ਆ ਤੁਸੀਂ ਗੱਡੀਆਂ ਰੱਖੀਆਂ ਇਹਦੇ ਵਿੱਚ ਉਹ ਚਾਰਜਰ ਵਾਸਤੇ ਇੱਕ ਜਗ੍ਹਾ ਬਣੀ ਹੁੰਦੀ ਆ ਮੋਬਾਈਲ ਰੱਖ ਦਈਏ ਤੇ ਉਹ ਆਪੀ ਚਾਰਜਿੰਗ ਸ਼ੁਰੂ ਹੋ ਜਾਂਦੀ ਉਹ ਮੈਂ ਪਰਸੋਂ ਸੋਚਣ ਡਿਆ ਸੀ ਇਦੀਆਂ ਛੁੱਟੀਆਂ ਸੀ ਨਾ ਤੇ ਮੈਂ ਸੋਚਣ ਡਿਆ ਸੀ ਮੈਂ ਕਿ ਯਾਰ ਜੇ ਇਦਾਂ ਨਹੀਂ ਹੋ ਸਕਦਾ ਕਿ ਪੂਰਾ ਘਰ ਗੱਡੀ ਜਿਉ ਇੱਕ ਜਗ੍ਹਾ ਬੰਦਾ ਮੋਬਾਈਲ ਰੱਖੇ ਤੇ ਚਾਰਜ ਸ਼ੁਰੂ ਹੋ ਜਾਂਦਾ ਅੱਛਾ ਤੇ ਜੇ ਬੰਦਾ ਘਰ ਚ ਕੁਛ ਐਸਾ ਲਾਵੇ ਕਿ ਜਿੰਨੇ ਘਰ ਚ ਮੋਬਾਈਲ ਨੇ ਸਾਰੇ ਆਪੇ ਚਾਰਜ ਹੋਣੇ ਸ਼ੁਰੂ ਹੋ ਜਾਣੇ ਤਾਂ ਹੋ ਸਕਦਾ ਨਾ ਮਤਲਬ ਗੱਡੀ ਜੂ ਇੱਕ ਛੋਟੀ ਜਿਹੀ ਜਗ੍ਹਾ ਤੇ ਹੋ ਜਾਂਦਾ ਇੱਕ ਮੋਬਾਈਲ ਤੇ ਇਦਾਂ ਵੀ ਤਾਂ ਹੋ ਸਕਦਾ ਨਾ ਤੇ ਇਦਾਂ ਹੀ ਹੁੰਦਾ ਘਰ ਤੇ ਤੁਹਾਡੇ ਕੋਲ ਮਸ਼ਵਰਾ ਲੈਣ ਆਇਆ ਮੈਂ ਕਾਹਦਾ ਕਿ ਤੁਸੀਂ ਸਾਇੰਸਦਾਨ ਆ ਤਾਂ ਤੁਸੀਂ ਓਏ ਅਸੀਂ ਸਾਇੰਸਦਾਨ ਨਹੀਂ ਭਰਾਵਾ ਸਾਡਾ ਤੇ ਸਮੁੰਦਰੀ ਰੋਡ ਤੇ ਕਬਾੜ ਦਾ ਕਾਰੋਬਾਰ ਆ ਤੈਨੂੰ ਕਿੰਨੇ ਕਹਤਾ ਸੀ ਸਾਇੰਸਦਾਨ ਨਹੀਂ ਮੈਨੂੰ ਪਤਾ ਐ ਇਸ ਗੱਲ ਦਾ ਅਸੀਂ ਕੋਦੋਂ ਮਖਣਾ 30 ਲੈ ਕੇ ਸਮੁੰਦਰੀ ਰੋਡ ਤੇ ਧੁੱਦਲ ਚ ਲੋਹੇ ਲੱਭਦੇ ਕਿ ਅਸੀਂ ਸਾਇੰਸਦਾਨ ਆ ਨਹੀਂ ਉਹ ਮੈਨੂੰ ਪਤਾ ਹੈ ਇਸ ਗੱਲ ਦਾ ਉਹ ਜਿਹੜੇ ਲੋਕ ਐਦਾਂ ਦੇ ਹੁੰਦੇ ਨੇ ਨਾ ਉਹ ਆਪਣਾ ਆਪ ਲੁਕੋ ਕੇ ਰੱਖਦੇ ਹੁੰਦੇ ਏਦਾਂ ਭਾਜੀ ਤੁਹਾਨੂੰ ਤਾਂ ਗਲਤ ਫਹਿਮੀ ਹੈ ਸਮਝ ਲੱਗੀ ਸੀ ਸੈਸਦਾਨ ਨਹੀਂਗੇ ਸੀ ਤਾਂ ਸਾਡਾ ਕਾਰੋਬਾਰ ਅਖਬਾਰ ਦਾ ਨਹੀਂ ਮੈਨੂੰ ਪਤਾ ਹੈ ਉਹ ਜਿਹੜੇ ਤੁਹਾਡੇ ਵਰਗੇ ਲੋਕ ਹੁੰਦੇ ਨੇ ਨਾ ਸਾਇੰਸਦਾਨ ਉਹ ਕਹਿੰਦੇ ਹੁੰਦੇ ਆ ਕਿ ਸਾਡਾ ਕਿਸੇ ਨੂੰ ਪਤਾ ਨਾ ਲੱਗ ਜਵੇ ਪਤਾ ਨਾ ਲੱਗ ਜਵੇ ਅਸੀਂ ਕੀ ਕੋਈ ਏਜੰਟ ਆ ਯਾਰ ਕਿਸੇ ਨੂੰ ਲੁਕਦੇ ਕਿ ਸਾਡਾ ਕਿਸੇ ਨੂੰ ਪਤਾ ਨਾ ਲੱਗ ਜੇ ਅਸੀਂ ਪੜੇ ਜਾਵਾਂਗੇ ਵੀ ਅਸੀਂ ਕੋਈ ਖੁਫੀਆ ਕੰਮ ਕਰਦੇ ਫਿਰਦੇ ਮਜ਼ਦੂਰ ਆਦਮੀ ਯਾਰ ਅਸੀਂ ਕਦੋਂ ਅੰਦਰ ਕਿਤੇ ਬੰਬ ਦੀ ਤਿਆਰੀ ਕਰਨ ਆਏ ਆ ਕਿ ਤੂੰ ਸਾਨੂੰ ਕਹਿਣ ਨਿਆ ਕਿ ਜੀ ਤੁਸੀਂ ਸ਼ੋਹ ਨਹੀਂ ਆਪਣਾਪ ਕਰਨਾ ਚਾਹੁੰਦੇ ਅੱਲਾ ਦਾ ਬੰਦਿਆ ਅਸੀਂ ਕਬਾਰ ਦਾ ਕਾਰੋਬਾਰ ਸਾਡਾ ਸਮੁੰਦਰੀ ਨੂੰ ਹੈ ਉਹ ਇਦਾਂ ਹੀ ਰੂਪ ਕੋਈ ਨਾ ਕੋਈ ਹੋਰ ਹੁੰਦਾ ਹੈ ਨਾ ਫਿਰ ਉਸ ਸਾਇੰਸ ਦਾ ਨਾ ਦਾ ਕੀ ਰੂਪ ਕੀ ਅਸੀਂ ਇੱਛਾਦਾਰੀ ਨਾ ਗਏ ਅਸੀਂ ਰੂਪ ਆਪਣੇ ਕੋਈ ਚੇਂਜ ਕੀਤੇ ਨੇ ਬੰਦੇ ਵਾਲੇ ਰੂਪ ਚ ਆ ਗਏ ਅਸੀਂ ਸਾਪਾਂ ਕਦੋਂ ਅਸੀਂ ਤੈਨੂੰ ਇੰਜ ਕਰਨ ਦਾ ਹੈ ਵੀ ਅਸੀਂ ਜਾਂ ਤਾਂ ਉਹ ਕਹਿੰਦੇ ਹੁੰਦੇ ਕਿ ਸਾਡਾ ਲੁਕਿਆ ਹੀ ਰਵੇ ਆਪਣਾ ਆਪ ਜਰਾ ਕੀ ਲੁਕਿਆ ਰਵੇ ਕੀ ਅਸੀਂ ਕੀ ਨਾਲ ਕੀ ਕੋਈ ਅਸੀਂ ਛਲੇਡੇ ਆ ਛਲੇਡੇ ਆ ਅਸੀਂ ਵੀ ਅਸੀਂ ਜਾਦੂ ਰਾਲ ਕੇ ਦੀ ਕੀ ਬਾਜੀ ਇੱਕ ਦੀ ਕੀ ਬਾਜੀ ਜੋ ਹੈ ਅੱਲਾ ਦੇ ਗੁਪਤ ਸਾਰੇ ਕੋਲ ਨਹੀਂ ਪਤਾਵਾ ਸੀ 20 ਸਾਲ ਤੋਂ ਇੱਥੇ ਰਹਿੰਦੇ ਆ ਉਹ ਰਹਿੰਦੇ ਤਾਂ ਇਦਾਂ ਹੀ ਹੁੰਦੇ ਨਾ ਜਰਾ ਕਿ ਉਹ ਕਹਿੰਦੇ ਹੁੰਦੇ ਕਿ ਨਾ ਕਿਸੇ ਨੂੰ ਪਤਾ ਲੱਗ ਜਵੇ ਆ ਦੇਖੋ ਨਾ ਉਹਨਾਂ ਬੰਦੇ ਪਾਣੀ ਦੇ ਉੱਤੇ ਕਾਰ ਪਾਣੀ ਨਾ ਚੱਲਣ ਵਾਲੀ ਕਾਰ ਬਣਾ ਲਈ ਤੇ ਅਮ ਉਡਣ ਵਾਲਾ ਜਹਾਜ਼ ਬਣਾ ਲਿਆ ਤੇ ਇਹ ਕਰ ਲਿਆ ਉਹ ਕਰਦੇ ਲੋਕ ਇੰਨਾ ਤਜਰਬੇ ਸਾਇੰਸ ਦਾ ਜੋ ਜਿਹੜੇ ਬੰਦੇ ਉਹ ਕੰਮ ਕਰਦੇ ਦੇ ਉਹਨਾਂ ਨੂੰ ਪਤਾ ਉਹਨਾਂ ਨੂੰ ਮਿਲ ਜਾ ਕੇ ਨਾ ਸਾਡਾ ਇਹ ਕਾਰੋਬਾਰ ਦਾ ਸੀ ਜਹਾਜ਼ ਬਣਾਉਣੇ ਨਾ ਸੀ ਕਸ਼ਤੀ ਬਣਾਉਣੇ ਆ ਨਾ ਸੀ ਹੋਰ ਬੰਦੇ ਨਹੀਂ ਦੱਸਾਂਗਾ ਤੁਸੀਂ ਆ ਮੈਨੂੰ ਕੁਲੀਆ ਦੱਸੋ ਕਿ ਜਿੱਦਾਂ ਆ ਦੇਖੋ ਨਾ ਹੁਣ ਹਾਂਜੀ ਕਿਸੇ ਨੂੰ ਵੀ ਇਹਨਾਂ ਦੱਸੀ ਅਸੀਂ ਸਮੁੰਦਰੀ ਰੋਡ ਤੇ ਨਾ ਸਾਡਾ ਕਬਾੜ ਦਾ ਕੰਮ ਆ ਨਹੀਂ ਇਹਦਾ ਹੁਣ ਨਾ ਨਾ ਕਿਸੇ ਨੂੰ ਦੱਸੀ ਕਿ ਸਿਉ ਤੇ ਲੈਣ ਦਾ ਲੋਹਾ ਬਣਾਉਂਦਾ ਆ ਉਹ ਪਾਗਲ ਇਨਸਾਨ ਅਸੀਂ ਤੈਨੂੰ ਕਹੀ ਜਾਂਦੇ ਸਾਡਾ ਸਮੁੰਦਰੀ ਰੋਡ ਤੇ ਕਬਾੜ ਦਾ ਕਾਰੋਬਾਰ ਆ ਤੂੰ ਸਾਨੂੰ ਨਵੇਂ ਕੰਮ ਪਾਈ ਜਾਣ ਨੇ ਕਿ ਲੋ ਜੀ ਲੁਕੇ ਛੁਪੇ ਰਹਿੰਦੇ ਹੁੰਦੇ ਬੰਦੇ ਅਸੀਂ ਚੋਰ ਆ ਆ ਦੇਖੋ ਉਹਨਾਂ ਨੂੰ ਵਾਈਫਾਈ ਜਿਹੜੇ ਚੱਲ ਰਿਹਾ ਹੁੰਦਾ ਘਰ 'ਚ ਵਾਈਫਾਈ ਲੱਗਾ ਹੁੰਦਾ ਤੇ ਉਹਦੇ ਤੇ ਪੂਰੇ ਘਰ ਦੇ ਮੋਬਾਈਲ ਚੱਲ ਨਹੀਂ ਰਹੇ ਹੁੰਦੇ ਇਹ ਕਿਹਨੂੰ ਕਹਿੰਦਾ ਵਾਈਫਾਈ ਅਸੀਂ ਤਾਂ ਬੁੱਢੀ ਨੂੰ ਕਹਿੰਦਾ ਵਾਈਫਾਈ ਉਹ ਪਾ ਯੂ ਵਾਈਫਾਈ ਨੇਟਵਰਕ ਵੀ ਕੋਡ ਲਾ ਲਈ ਤੇ ਸਾਰੇ ਮੋਬਾਈਲਾਂ ਦੇ ਸਿੰਗਲ ਲਾ ਦੇ ਨੇਟ ਦੇ ਅੱਛਾ 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 ਉਹਦੇ ਤੇ ਹੁਣ ਪੂਰਾ ਘਰ ਚੱਲ ਨਹੀਂ ਰਿਹਾ ਹੁੰਦਾ ਤੇ ਵਾਈਫਾਈ ਦੇ ਤੇ ਚੱਲਦਾ ਤੇ ਇਦਾਂ ਹੀ ਐ ਨਹੀਂ ਹੋ ਸਕਦਾ ਕਿ ਇਹ ਘਰ ਚ ਕੋਈ ਦਾਦਾ ਬੰਦਾ ਸੌਦਾ ਲਾਵੇ ਤੇ ਉਤੇ ਸਾਰੇ ਘਰ ਦੇ ਮੋਬਾਈਲ ਵੀ ਚੱਲਣ ਫਰਿੱਜ ਵੀ ਚੱਲੇ ਤੇਰੇ ਵਰਗਾ ਨੇ ਐਵੇਂ ਗਲਤ ਸੌਦਾ ਘਰ ਚ ਲਾ ਕੇ ਨਾ ਤੇ ਪਿਓ ਕੋਈ ਇੰਨੀ ਕਿ ਛਿੱਤਰ ਖਾਂਦਾ ਨਾ ਕਿ ਜਿਹਦਾ ਰਹਿ ਰੱਬ ਦਾ ਨਾਮ ਕਿ ਸਾਰੇ ਘਰ ਦੀ ਵਾਇਰਿੰਗ ਵੂਰਿੰਗ ਸਾੜ ਦਿੰਦਾ ਹੁੰਦਾ ਤੇਰੇ ਵਰਗਾ ਤੇਰਾ ਸੌਦਾ ਖਰਾਬ 来 ਜਾ ਸਮਝ ਲੱਗੀ ਆ ਕਿ ਨਹੀਂ ਤੈਨੂੰ ਅਸੀਂ ਕਹਿਣ ਦਾ ਆ ਅਸੀਂ ਕਿ ਆ ਪਤਾ ਨਹੀਂ ਕੋਈ ਦੇਣ ਆਇਆ ਕਿ ਉੱਥੇ ਸਮੁੰਦਰੀ ਰੋਡ ਤੇ ਆਈ ਤੁਸੀਂ ਗਏ ਨਹੀਂ ਕਿ ਭਾਈ ਤੇ ਮੈਂ ਇੱਥੇ ਦੇਣ ਆ ਗਿਆ ਉਹ ਸਾਨੂੰ ਨਵਾਂ ਹੀ ਕੰਪਾਊਂਡ ਆ ਤੁਸੀਂ ਸਾਇੰਸਦਾਨਾ ਜੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਦੁਰਮੜ ਤੇ ਮੱਖੀ ਉੱਥੇ ਸਾਇੰਸਦਾਨ ਤਰੀਕਾ ਕੋਈ ਐਸਾ ਦੱਸੋ ਤੇ ਲਾਲ ਪੰਪ ਵੀ ਚੱਲੇ ਹੈ ਪਾਣੀ ਵਾਲਾ ਪੰਪ ਇਹਦੇ ਤੇ ਪੀਲਾ ਪੰਪ ਨਹੀਂ ਚੱਲਦਾ ਤੂੰ ਲਾਲ ਪੰਪ ਚਲਾਉਣ ਦੀ ਗੱਲ ਕਰ ਰਹੇ ਆ ਲਾਲ ਪੰਪ ਪਤਾ ਕਿਦਾਂ ਚੱਲਣਾ ਹੈ ਹੈ ਬੱਤੀ ਆਉਂਦੀ ਹੋਵੇ ਹੈ ਟੈਂਕੀ ਚ ਪਾਣੀ ਭਰਿਆ ਵੀ ਹੋਵੇ ਤੂੰ ਫੇਰ ਬਟਨ ਸਿੱਟ ਦੇਣਾ ਵੇਖੀ ਪਾਣੀ ਕਿੱਦਾਂ ਆਉਂਦਾ ਇੰਜ ਪਾਣੀ ਆਉਣਾ ਹੋਰ ਕਿਸੇ ਤਰੀਕੇ ਨਾਲ ਨਹੀਂ ਆਉਣਾ ਨਹੀਂ ਇੱਥੇ ਨਹੀਂ ਚੱਲੇਗਾ ਓਏ ਇੱਥੇ ਚੱਲੇਗਾ ਤੇਰੀ ਵਜ੍ਹਾ ਤੋਂ ਸਾਰੀ ਵਾਪਤਾ ਭੁੱਖੀ ਮਰ ਜਾਵੇ ਕਿ ਸੈਨਸਦਨ ਸਾਹਿਬ ਇੱਕ ਇੱਥੇ ਕਾਨੂੰਨੀ ਦੇ ਵਿੱਚ ਆਜ਼ਾਦ ਹੋਏ ਨੇ ਨਵੇਂ ਜਿੱਤੇ ਉਹ ਕਰਨ ਡਾ ਨੇ ਕੰਮ ਕੁਮ ਤੂੰ ਤਾਂ ਸਾਰੀ ਇਹੀ ਤੇ ਫਿਰਨਿਆ ਯਾਰ ਵੀ ਜਿਹੜਾ ਐਡਾ ਵੱਡਾ ਮਹਿਗਮਾ ਗਵਰਨਮੈਂਟ ਦਾ ਉਹ ਤੂੰ ਜਾਨਕੀ ਫਾਰਕ ਕਰ ਰਿਹਾ ਪਰ ਕਰ ਕਰੀ ਬੈਠਾ ਤੂੰ ਸਾਰੇ ਬੰਦੇ ਚਾਰਜਰ ਤੇ ਲਾਏ ਫਾਰਕ ਉਹ ਜਿਹੜੇ ਅਫਸਰ ਉੱਥੇ ਬੈਠੇ ਨੇ ਤਰਹਾਵਾ ਲੈਂਦੇ ਆ ਫਾਰਕ ਸਮਝ ਲਗੀ ਐਡਾ ਵੱਡਾ ਪ੍ਰੋਜੈਕਟ ਜਿਹੜਾ ਇਹ ਫਾਰਕ ਤੂੰ ਐਡਾ ਕੋ ਪੁਰਜ਼ਾ ਲਾ ਕੇ ਵਿੱਚੇ ਤੂੰ ਫਰਿਜ ਚਲਾਇਆ ਜਾਣਾ ਵਿੱਚੇ ਤੂੰ ਪੰਪ ਚਲਾਇਆ ਜਾਣਾ ਵਿੱਚੇ ਤੂੰ ਮੋਬਾਈਲ ਆਪੇ ਚਾਰਜ ਹੋਈ ਜਾ। ਇਹ ਕੋਈ ਜਾਦੂਗਰ ਵਾਲਾ ਕੰਮ ਹੈ ਤੇਰਾ। ਤੂੰ ਇਹ ਤੇ ਵੇਖੋ ਡਿਵਾਈਸ ਦੇ ਵਿੱਚ ਪੂਰਾ ਬਿਜਲੀ ਘਰ ਚੱਕੀ ਫਿਰਦਾ। ਯਾਰ ਗੱਡੀ ਦੇ ਵਿੱਚ ਕਾਰ ਦੇ ਵਿੱਚ ਜੇ ਚਾਰਜ ਹੋ ਸਕਦਾ ਹੈ ਮੋਬਾਈਲ ਤੇ ਘਰ ਪੂਰੇ ਚ ਕਿਉਂ ਨਹੀਂ ਹੋ ਸਕਦਾ? ਭਾਜੀ ਮੈਂਟਲ ਕਾਰ ਦੇ ਵਿੱਚ ਉਹਨਾਂ ਨੇ ਨਾ ਕੋ ਆਪਣਾ ਨਿਜ਼ਾਮ ਰੱਖਿਆ ਹੁੰਦਾ। ਮੈਂ ਇਹਦੇ ਵਿੱਚ ਵੀ ਆਪਣਾ ਹੀ ਲਾਉਣਾ ਚਾਹੁੰਦਾ। ਮੈਂ ਗਵਾਂਡੀਆਂ ਕੋ ਫੜ ਕੇ ਨਹੀਂ ਲਾਉਣਾ ਚਾਹੁੰਦਾ। ਇਹਦੇ ਵਿੱਚ ਮੈਂ ਕੋ ਆਪਣਾ ਹੀ ਲਾਉਣਾ ਚਾਹਨਾ ਕੋਈ ਆਪਣਾ ਜ਼ਾਤੀ ਭਾਜੀ ਮੈਂ ਤੁਹਾਡੇ ਇੰਜ ਦੀ ਲਾਉਣੀ ਆ ਕਿ ਤੁਹਾਡਾ ਦਿਮਾਗ ਠੀਕ ਹੋ ਜਾਣਾ ਸਮਝ ਲੱਗੀ ਆ ਕਿ ਨਹੀਂ ਉਹਨੇ ਕੀ ਕਿਹਾ ਉਹਦੀ ਨਹੀਂ ਮੈਂ ਗੱਲ ਕਰਨ ਤੇ ਤੇਰੀ ਕਰਨ ਨੇ ਆ ਜਿਹੜੀ ਕਿੜੀ ਚ ਛਾਲ ਮਾਰ ਕੇ ਆ ਖੱਟੇ ਰੱਖਦੀ ਛਲੜ ਭਾਈ ਫਿਰਨਾ ਕਿ ਤੁਹਾਡੇ ਦਿਮਾਗ ਤੇ ਜ਼ੋਰ ਪਾ ਸਾਡਾ ਖਪਾਣਾ ਸੀਗੇ ਬੜੇ ਪਰੇਸ਼ਾਨ ਆ ਜੀ ਬਾਰਿਸ਼ ਵੇ ਤੁਸੀਂ ਕੰਮ ਤੇ ਨਹੀਂ ਗਏ ਸਮਝ ਲੱਗੀ ਨਾ ਇਹ ਜਿੱਲੇ ਆਪਾਂ ਘਰ ਚ ਲਾ ਦੇਣੀ ਆ ਅੱਛਾ ਇਹ ਫੇ ਜਿੱਲੇ ਇਹਦੀਆਂ ਛਵਾਵਾਂ ਨਿਕਲਣੀਆਂ ਨੇ ਇਹਦੀਆਂ ਹਾਂ ਇਧਰੋਂ ਦੀ ਨਿਕਲਣੀਆਂ ਨੇ ਹਾਂ ਅੱਛਾ ਜਿੱਲੇ ਦੇ ਨਾਲ ਮੋਬਾਈਲ ਚਾਰਜ ਹੋਣੇ ਨੇ ਇਹ ਬੰਦਿਆਂ ਤੇ ਵੀ ਅਸਰ ਕਰੇਗੀ ਨਾ ਬੰਦੇ ਵੀ ਚਾਰਜ ਟੈਪ ਅੰਜ ਉਹ ਇਹ ਮੈਨੂੰ ਲੱਗਦਾ ਉਹ ਇੰਗਲਿਸ਼ ਫਿਲਮ ਵੇਖ ਆਇਆ ਉਹ ਗੰਝੇ ਵਾਲੀ ਉਹ ਜਿਹੜਾ ਬੋਨਰ ਚੱਕ ਕੇ ਆਪਣੇ ਆਪ ਨੂੰ ਨਹੀਂ ਲਾਉਂਦਾ ਆਹਾਂ ਉਹਦੀ ਬੈਟਰੀ ਚਾਰਜ ਹੋ ਜਾਂਦੀ ਕਿਤੇ ਉਹ ਫਿਲਮ ਵੇਖ ਕੇ ਨਿਕਲੇ ਤੇ ਉਹ ਹੀ ਅੱਗੇ ਹਰਕਤਾਂ ਕਰਨ ਡਿਆ ਉਹ ਭਾਈ ਉਹ ਫਿਲਮਾਂ ਦੀ ਗੱਲਾਂ ਫਿਲਮਾਂ ਚ ਰਹਿੰਦੇ ਹੋ ਇਹ ਜਿਹੜਾ ਦੋਸਤ ਹੈ ਇਹ ਉਹ ਮੋਟੂ ਪੱਤਲੂ ਵਾਲੇ ਕਾਰਟੂਨਾਂ ਚ ਨਹੀਂ ਕੰਮ ਕਰਦਾ ਇੱਕਦੋ ਤੂੰ ਡਾਕਟਰ ਜਟਕੇ ਦੇ ਨਾਲ ਇਹਦਾ ਤੱਲਕ ਵੇਖ ਲਿਆ ਕਿ ਉਹ ਸਾਇੰਸਦਾਨਾਂ ਤੇ ਇਹ ਵੀ ਇਹ ਇਹ ਕਹਿ ਕੇ ਕੰਮਕੁਮ ਕਰਾ ਦੇਣਗੇ ਓਏ ਉਹ ਕਾਰਟੂਨ ਆ ਇਹ ਫਿਲਮਾਂ ਦੇ ਨਹੀਂ ਆ ਇਹ ਵੀ ਕਾਰਟੂਨ ਹੀ ਆ ਓ ਭਾਈ ਜਾ ਮੇਰਾ ਭਰਾ ਦਿਮਾਗ ਨਾਲ ਖਰਾਬ ਕਰੀ ਤੇਰੀ ਬੜੀ ਮਿਹਰਬਾਨੀ ਐ ਤੇਰਾ ਪਰਦਾ ਪਰਦਾ ਮੈਂ ਚੋਕੀ ਉੱਥੇ ਮਾਰ ਨਹੀਂ ਹੋ ਸਮਝ ਲੱਗੀ ਨਾ ਅਸੀਂ ਬੜਾ ਤਰ ਬਰਦਾਸ਼ਤ ਕਰ ਲੈ ਮੇਰਾ ਵੀ ਲੈ ਜਾ ਨੀ ਜਾ ਯਾਰ ਜਾ ਤੇਰੀ ਅੱਲਾ ਖੈਰ ਕਰੇ ਇਦੀਆਂ ਛੁੱਟੀਆਂ ਪਾਗਲ ਤੂੰ ਇਨਸਾਨ ਆ ਅੱਛਾ ਅਗਰ ਘਰ ਦੀ ਤਬਾਈ ਲਾਤੀ ਹੋਣੀ ਤੂੰ ਇਦੀਆਂ ਛੁੱਟੀਆਂ ਦੇ ਵਿੱਚ ਅੱਛਾ ਅਗਰ ਤੁਸੀਂ ਮੈਨੂੰ ਕੁਲੀਆ ਦੱਸਦੇ ਹੋ ਨਾ ਤੇ ਮੈਂ ਅੱਜ ਜਿਹੜੇ ਸੌਦੇ ਆ ਬਣਾਉਣੇ ਨੇ ਇਹਨਾਂ ਦੇ ਥੱਲੇ ਤੁਹਾਡਾ ਨਾਮ ਲਿਖਾ ਦਊਂਗਾ ਕਿ ਇਹ ਉਹਨਾਂ ਨੇ ਇਜਾਦ ਕੀਤਾ ਹੈ ਇਹਨਾਂ ਨੇ ਤੁਸੀਂ ਤੈਨਰ ਤਰੀਕਾ ਦਸੀਏ ਇਧਰ ਨੂੰ ਮੂੰਹ ਕਰ ਤੈਨ ਨਿਕਲ ਜਾ ਜਿਹੜੀ ਵੀ ਗਲੀ ਆਉਂਦੀ ਹੈ ਨਾ ਪਛਾਣ ਕੇ ਤੇ ਆਪਣੇ ਘਰ ਵੜ ਜਾ ਨਹੀਂ ਤੇ ਬਹੁਤ ਤੈਨੂੰ ਮਾਰ ਪੈਣੀ ਆ ਉਹ ਇੰਜ ਦੁਨੀਆ ਤੇ ਕਿਤੇ ਨਹੀਂ ਹੁੰਦਾ ਪਾਗਲਾ ਨਹੀਂ ਮੈਂ ਕਹ ਰਿਹਾ ਆ ਵਾਪਡਾ ਬੂਡ ਵਾਲੇ ਰੌਲਾ ਹੀ ਮੁੱਕ ਜਾਂ ਲੈ ਬਜਰੀ ਵਾਲਾ ਘਰ ਆ ਵਾਪਟਾ ਵਾਲੇ ਨੂੰ ਫੋਨ ਨਾਲ ਕਹ ਆ ਵੇਖੋ ਇਹ ਤੁਹਾਡੇ ਰੌਲੇ ਮਗਾਉਣ ਦੇ ਆ ਇੱਕ ਮਿੰਟ ਪਹਿਲਾਂ ਇੱਕ ਮਾਰ ਪਾਣੀ ਤੇ ਘੋਲਣਾ ਹੀ ਨੇ ਇੰਨੀ ਕਰਪਸ਼ਨ ਕਰਦੇ ਨੇ ਉਹ ਤੇ ਤੂੰ ਉਹ ਸਾਰੀ ਮਿੱਟੀ ਚ ਮਲਾਉਣਾ ਜਾਣਾ ਹੈ ਹੈ ਅਜੀਬ ਅੱਲਾ ਦੇ ਬੰਦੇ ਮਾਰੇ ਘਰ ਨੂੰ 3-300 ਯੂਨਿਟ ਫੇਹਾਰ ਹਜ਼ਾਰ ਹਜ਼ਾਰ ਯੂਨਿਟ ਦੇ ਪੈਸੇ ਲੈਣ ਦਾ ਆ ਉਹਨਾਂ ਦਾ 2000 ਯੂਨਿਟ ਦੀ ਛੱਡ ਜੇ ਉਹਨਾਂ ਨੂੰ ਮਾਫ ਆ ਤੂੰ ਚਾਹੁੰਦਾ ਕਿ ਉਹ ਸਾਰ ਸ਼ਹਿਰ ਗਰਗ ਹੋ ਜਾਵੇ ਉਹ ਜਿਹੜੇ ਐ ਸ਼ੋਹਰਾਮ ਕਰਨ ਦੇ ਫਰਕ ਹੋ ਜਾਣ ਅਜੀਬ ਗੱਲਾਂ ਤੇਰੀ ਵੱਖਰਾ ਜਿਹਾ ਅੱਡੀਆਂ ਤੋਂ ਮੈਲ ਲਾਉਣ ਦੇ ਕੰਮ ਆਏਗਾ ਤੇਰਾ ਇਹ ਜਿਹੜਾ ਛਾਵਾਂ ਜਾਂ ਫੜੀ ਫਿਰਨਾ ਆ ਇਹਦੀ ਇੱਕ ਸਾਈਡ ਤੇ ਰੇਗ ਮਾਰ ਲੋ ਵਾਲਾ ਇੱਥੇ ਆਪਣੀ ਪੂੜਪੜੀ ਚਿੰਤ ਕੋ ਮਾਰ ਲਵਾ ਕੇ ਨਾ ਉੱਥੇ ਮਾਰ ਕੋ ਤੇਰੇ ਦਿਮਾਗ ਨੂੰ ਹੋਸ਼ ਆਵੇ ਐਵੇਂ ਸਰਪਿਟ ਲਾਂਡਾ ਉਹ ਬਾਜੀ ਤੁਸੀਂ ਆਓ ਆਪਣੀ ਹਾਂ ਬਾਜੀ ਤੁਸੀਂ ਤੂੰ ਮੈਨੂੰ ਲੈ ਕੇ ਬਾਹਰ ਖਲੋਇਆ ਜੀ ਮੌਸਮ ਬੜਾ ਅੱਛਾ ਵਾ ਮੈਂ ਤਾਂ ਮੰਨ ਲੂਗੀ ਕਿ ਪਤਾ ਨਹੀਂ ਇਹ ਇਸ ਬੰਦੇ ਨੇ ਆ ਜਾ ਪਤਾ ਕਰਾ ਕਾਨੂੰਨੀ ਚ ਪਾਗਲ ਕਿਹੜੇ ਕਿਹੜੇ ਆ ਸਾਰਿਆਂ ਦਾ ਕਿਤੇ ਮੈਂ ਡਾਕਟਰ ਨੂੰ ਬੁਲਾ ਕੇ ਇਲਾਜ ਕਰਵਾਵਾ ਲਓ ਜੀ ਇੱਥੇ ਨੇ ਯਾਦ ਹੁੰਦੀ ਹੈ ਤੇ ਇੱਥੇ ਤੁਸੀਂ ਮੈਨੂੰ ਖੁਫੀਆ ਬੰਦੇ ਲੱਗਦੇ ਆ ਤੁਸੀਂ ਜਿਹੜੇ ਖੁਫੀਆ ਬੰਦੇ ਹੁੰਦੇ ਉਹ ਉਹ ਤੂੰ ਹੋਇਆ ਗਿਆ ਨਹੀਂ ਕਿ ਮਗਰਮਗਰ ਕਰਦਾ ਫਿਰਦਾ ਤੂੰ ਕੀ ਗੱਲ ਹੈ ਦੱਸ ਤੈਨੂੰ ਮੈਂ ਆਇਆ ਦੁਰਮਨ ਖਾਂ ਜਿੱਡਾ ਕਾਦਾ ਚਪੇੜ ਬੜੀ ਪੈੜੀ ਮਾਰਦਾ ਹੁੰਦਾ ਏਦਾਂ ਦਾ ਬੰਦਾ